गुड मॉर्निंग मेरे व्यूअर, की हाल चाल ने? सब ठीक ठाक होवोंगे? ते हाँ जी, अज असीं तुहानूं दस्सिया सी कल वी LED ट्रैक्टर ली स्क्रीन लैके आंदी आ, ते उहनूं अज फिट कराउण जावांगे। ते हुण दिखावांगे वी किवें दी फिटिंग आउंदी आ, किद्दां फिट होऊगी उह। अज स्परे भी करनी सी, स्परे कर इस करके नहीं होनी, क्योंकि अज बंदा दिहाड़ी वास्ते पुछे थी, अज मिलिया नहीं। तो कल करांगे स्परे, अज नाले तां आपां LED फिट करा लिया, नाले स्परे वाला पंप लिया, ते हाले ताकत की स्परे भी लियानी आ, स्परे भी लियांदी हुई। तो चलो चलांगे फिर, माड़ा जिहा आपां कम्म नबेड़ लईए, हावड़ा टोका पा लईए, तो सारे कम्म नबेड़ के चलदे आ। ਮਿੱਤਰੋ ਹਾਲੇ ਫਿਲਹਾਲ ਤਾਂ ਅਸੀਂ LED ਸਕਰੀਨ ਲਵਾਉਣ ਜਾਣਾ ਸੀ, ਪਰ ਘਰਦੇ ਕਹਿੰਦੇ ਪਹਿਲਾਂ ਦਾਣਾ ਕਰਵਾ ਲਿਆ ਦੋ ਜੀ, ਤਾਂ ਦਾਣਾ ਕਰਵਾ ਲਈਏ। ਵਿਚਾਰੇ 'ਤੇ ਗਰਦ ਬਹੁਤ ਪਈ ਆ, ਇਹਦਾ ਨਾਂ ਆ ਜੀ ਬੁੱਗੂ, ਬੁੱਗੂ ਨਾਂ ਰੱਖਤਾ ਆਪਣੇ, ਇਹਦਾ ਲਿਖਾ ਵੀ ਦੇਵਾਂਗੇ ਅਤੇ ਉਹ ਤੂੜੀ ਵਾਲੇ ਕਰਕੇ ਖੜਾ ਹੁੰਦਾ ਜੀ, ਗਰਦ ਬਹੁਤ ਪੈ ਜਾਂਦੀ ਆ। ਕੁਛ ਵਿਚਾਰਾ ਧੋਣ ਵਾਲਾ ਵੀ ਆ, ਲਓ ਜੀ ਇਹਨੂੰ ਇੰਨੇ 5 ਮਿੰਟ ਸਟਾਰਟ ਕਰਦੀ, ਇਹਨੇ ਕਰਮ ਕੱਤਣ ਦਾ ਖੜਾ, ਦੇਖਦੇ ਹਾਂ ਸਟਾਰਟ ਹੁੰਦਾ ਕਿ ਨਹੀਂ। ਘੱਟੋ ਘੱਟ ਇਹ 10-15 ਦਿਨ ਦਾ ਖੜਾ ਸੀ, ਧੁੱਪ ਕਰਕੇ ਵੀ ਕੁਝ ਸਟਾਰਟ ਹੋ ਗਿਆ। ਲਓ ਵੀ ਮਿੱਤਰੋ, ਦਾਣਾ ਅਸੀਂ ਲੱਦ ਲਿਆ ਆਪਣੇ ਰੇੜੇ 'ਤੇ, ਫਿਰ ਚੱਲਦੇ ਆ ਕਰਵਾਉਣ। ਲਓ ਜੀ ਦਵਿੰਦਰ ਵੀਰ ਲਵੇ ਪਹੁੰਚ ਚੁੱਕਿਆ, ਮੈਂ ਆਪਣੇ ਪਾਰਟਨਰ ਲਵੇ ਉਹਦਾ ਖੜਾ ਰਾਜ 854, ਇਹਦੇ ਬਾਰੇ ਵੀ ਵੀਡੀਓ ਪਾਵਾਂਗੇ ਅਤੇ ਕੀ ਮੋਡੀਫਿਕੇਸ਼ਨ ਕਰੀ ਆ। ਅਤੇ ਚਲੋ ਲੱਭਦੇ ਉਹਨੂੰ, ਅੱਜ ਉਹਦੀ ਮਾਮੇ ਦੀ ਛੱਡ ਕੇ ਆਉਣੀ ਆ ਗੱਡੀ, ਉਹ ਛੱਡ ਆਈ ਹੈ ਪਹਿਲਾਂ, ਰਾ ਕੇ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿੱਥੇ ਬੈਠਾ ਉਹ। ਆ ਗਏ ਜੀ, ਆ ਗਏ ਆ ਗਏ। ਹੋਰ ਬਾਈ ਦਵਿੰਦਰ ਠੀਕ ਹੈ ਜੀ? ਠੀਕ ਹੋ? ਆ ਗਈ ਹਾਂ। ਆਓ ਜੀ ਚਲੋ ਚੱਲਦੇ ਹਾਂ, ਹੁਣ ਦਵਿੰਦਰ ਗੱਡੀ ਬਾਹਰੇ ਕੱਢ ਰਿਹਾ, ਗੇਟ ਖੋਲਦਾ। ਉਹ ਦੂਜਾ ਟਰੈਕਟਰ ਖੜਾ ਦਵਿੰਦਰ ਦਾ, 800 ਦੋ ਟਰੈਕਟਰ ਨੇ ਇਹਦੇ ਨਾਲ ਬਾਈ ਲਵੇ। ਆਓ ਜੀ ਹੁਣ ਚੱਲਦੇ ਹਾਂ ਅਸੀਂ ਸਾਪੁਰ ਤੋਂ ਪਿੰਡ ਲੋਡੇ ਨੂੰ। ਚੱਲ ਵੀ ਦਵਿੰਦਰ ਅੱਧੇ ਰਸਤੇ ਮੈਨੂੰ ਫੜਾ ਦੀ। ਲਓ ਜੀ ਜਿਵੇਂ ਵਾਅਦਾ ਕਰਿਆ ਸੀ ਉੱਥੇ ਤੁਰਨ ਲੱਗੇ ਵੀ ਅੱਧੇ ਰਾਹ ਮੈਂ ਚਲਾਊਂਗਾ, ਅਤੇ ਆਪਾਂ ਗੱਡੀ ਫੜ ਲਈ ਆ ਅਤੇ ਡਰਾਈਵ ਕਰਦੇ ਹਾਂ। ਲੈ ਵੀ ਮਿੱਤਰੋ ਗੱਡੀ ਛੱਡਿਆ ਏ, ਦਵਿੰਦਰ ਉੱਤਰ ਗਿਆ ਸੀ ਅਤੇ ਮੈਂ ਬਾਅਦ 'ਚੋਂ ਆ ਰਿਹਾ। ਅਸੀਂ ਆਇਆ ਬਾਈ ਦੀ ਦੁਕਾਨ 'ਤੇ, ਮੀਂਹ ਦੇ ਭਰਾ ਆ ਆਪਣਾ। ਹੋਰ ਬਾਈ ਮੀਂਹ ਕੀ ਹਾਲ ਨੇ? ਵਧੀਆ ਵੀਰੇ। ਹੋਰ ਪਹੁੰਚ ਗਿਆ ਦਵਿੰਦਰ? ਅਤੇ ਬਾਈ ਕਹਿੰਦਾ ਚਾਹ ਪੀਣ ਬਿਨਾਂ ਇਹ ਵੀ ਪਤੰਦਰ ਜਾਣ ਨਹੀਂ ਦਿੰਦਾ ਸਾਨੂੰ। ਚਾਹ ਬਣ ਗਈ ਬਸ, ਚਾਹ ਬਣ ਰਹੀ ਆ ਅਤੇ ਚਾਹ ਚੂਹ ਪੀ ਕੇ
ਫਿਰ ਚੱਲਦੇ ਆ ਨਾਭੇ ਨੂੰ, ਉੱਥੋਂ ਸਪਰੇਅ ਜੀ ਲੈਣੀ ਆ, ਕੱਲ ਨੂੰ ਸਪਰੇਅ ਕਰਨ ਲੱਗਣਾ। ਧੁੱਪ ਨਿਕਲੇ ਜੀ ਹੁਣ, ਅੱਜ ਤਾਂ ਸਪਰੇਅ ਕਰਦੇ ਇਹਦਾ ਕੀ ਪਤਾ ਫੇਰ ਮੌਸਮ, ਅੱਜ ਤਾਂ ਬਈ ਬਹੁਤ ਵਧੀਆ ਮੌਸਮ ਆ, ਮਸਾਂ ਰੱਬ ਨੇ ਧੁੱਪ ਕੱਢੀ ਆ। ਸਾਰੇ ਜੱਟ ਜ਼ਿਮੀਂਦਾਰ ਅੱਜ ਚੱਲ ਪੈਣਗੇ ਸਪਰੇਹਾਂ ਕਰਨ। ਲਓ ਜੀ ਦਾਣਾ ਧਾਰਾ ਏ ਤੇ ਹੁਣ ਚੱਲਦੇ ਆ ਮਰਕ ਸਾਹਿਬ ਤੇ ਹਰਪ੍ਰੀਤ ਦੇ ਜਾ ਕੇ ਲਵਾਉਣੇ ਆ। ਆ ਜਾਓ ਜੀ, ਅਸੀਂ ਮਰਕ ਸਾਹਿਬ ਤੇ ਪਹੁੰਚ ਗਏ ਆ ਤੇ ਖੋਲੀ ਜੀ ਆਪਾਂ ਨੇ ਆ ਪੈਨਲ ਇਹਦਾ ਪਿੱਛੋਂ ਖੋਲਿਆ ਦਾ ਹੁੰਦਾ ਜੀ ਨਟ ਪਾਉਣ ਵਾਲਾ, ਵੀ ਇਹਦੇ ਨਟ ਪੈ ਜਾਣ। ਇਹ ਆਪਾਂ ਪਤਾ ਕਿਵੇਂ ਫਿੱਟ ਕਰਾਂਗੇ, ਇਹ ਆਪਣੀ 10-10 ਇੰਚ ਦੀ ਹੋਊਗੀ, ਇਹਦਾ ਆਹ ਪਾਸਾ ਐਂ ਲੱਗੂਗਾ, ਇਹ ਐਵੇਂ ਪੱਤੀ ਲਾਉਣੀ ਜੀ, ਇਹਦੇ ਇੱਥੋਂ 1 ਇੰਚ ਥੱਲੇ ਨੂੰ ਮੋੜ ਦਾਂਗੇ ਇਹਦੇ 'ਚ, ਚਾਹੇ ਕਾਲੇ ਪੇਜ, ਵੈਸੇ ਦੂਜੇ ਪੇਜ ਲਾ ਦਿੰਦਾ ਵਧੀਆ, ਉਹ ਢਿੱਲੇ ਨਹੀਂ ਹੁੰਦੇ, ਚੈੱਕ ਨਟ ਕਰਕੇ ਇਹਦੇ ਆਰ ਪਾਰ ਇੱਧਰ ਢਿੰਬਰੀ ਆ ਜੂਗੀ, ਇੱਧਰ ਦੂਜਾ ਪਾਸਾ ਜੀ, ਇੱਥੋਂ ਐਂ ਮੋੜ ਕੇ ਇੱਥੋਂ ਨੂੰ ਕੱਟ ਕੇ ਇੱਧਰ ਨੂੰ ਮੋੜ ਦਾਂਗੇ, ਇਹ ਉੱਪਰ ਛਾਤਰੀ 'ਚ ਨਟ ਕਰ ਦਾਂਗੇ, ਬਾਕੀ ਤੁਹਾਨੂੰ ਕੱਟ ਕੇ ਕੀ ਕਿਵੇਂ ਪੱਤੀ ਲੱਗੂਗੀ ਉਹ ਅੱਗੇ ਦਿਖਾਉਂਦੇ ਹਾਂ, ਵੀਡੀਓ ਨਾਲ ਜੁੜੇ ਰਹੋ। ਆ ਜੀ 10-10 ਇੰਚ ਦੀਆਂ ਨਿਸ਼ਾਨੀਆਂ ਲਾ ਲਈਆਂ ਆਪਾਂ ਨੇ ਉਹਨਾਂ ਥਾਵੇਂ, ਇਹਨਾਂ ਨੂੰ ਕੱਟ ਕੇ ਆ ਕੱਟ ਰਹੇ ਜੀ, ਇਹ ਆਪਣੇ 2 ਪੱਤੀਆਂ ਉਹ ਤਿਆਰ ਹੋ ਗਈਆਂ ਜੀ, ਅਤੇ ਤੁਹਾਨੂੰ ਬੈਂਡ ਪਾ ਕੇ ਗਲੀਆਂ ਪਾ ਕੇ ਦਿਖਾਉਣੇ ਵੀ ਕਿਵੇਂ ਲੱਗੂਗੀ। ਚੈੱਕ ਨਟ ਕਰਤੇ ਵੀ ਹੱਲ ਕੇ ਖੁੱਲੇ ਨਾ, ਆ ਚੀਜ਼ ਇਹ ਉੱਪਰ ਜਾਊਗੀ ਐਵੇਂ, ਠੀਕ ਹੈ ਜੀ, ਐਵੇਂ ਲੱਗੂਗੀ ਇਹ ਉੱਪਰ, ਪੇਚ ਮਾਰ ਕੇ ਗਲੀਆਂ ਮਾਰ ਕੇ ਪੇਚ ਕੱਸੇ ਜਾਣਗੇ ਪੱਤੀ 'ਚ। ਲਓ ਜੀ ਨਰਿੰਦਰ ਹੁਣ ਛਾਤਰੀ ਖੋਲਣ ਲੱਗ ਗਿਆ ਉੱਪਰੋਂ, ਕਿਉਂਕਿ ਆਪਾਂ ਨੇ ਡਿਸਪਲੇ ਦੇ ਨਟ ਪਾਉਣੇ ਨੇ ਨਾ, ਉੱਪਰੋਂ ਛਾਤਰੀ ਖੋਲ੍ਹ ਕੇ ਪੈਣਗੇ, ਪਲਾਈ ਆ ਡਾਊਨ ਸੀਲਿੰਗ ਦੀ ਜਿਹੜੀ, ਉਹਦੇ 'ਚ ਗਲੀਆਂ ਮਾਰਨੀਆਂ ਪੈਣਗੀਆਂ ਉੱਪਰੋਂ ਡਰਿੱਲ ਨਾਲ। ਚਲੋ ਦਿਖਾਉਂਦੇ ਹਾਂ ਜੀ ਅੱਗੇ। ਆ ਲਓ ਜੀ ਦੇਖ ਸਕਦੇ ਤੁਸੀਂ ਫਿਟਿੰਗ, ਅਤੇ ਆ ਉੱਪਰ ਲੱਕੜ 'ਚ ਗਲੀਆਂ ਪਾ ਕੇ ਜੀ ਚੈੱਕ ਨਟ ਕਰਤਾ ਜੀ, ਅਤੇ ਤਾਰਾ ਤੂਰਾ ਫਿਟਿੰਗ ਕਰਕੇ ਫਿਰ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਕਿਵੇਂ ਦੀ ਲੱਗਦੀ ਆ। ਲਓ ਵੀ ਮਿੱਤਰੋ LED ਸਕਰੀਨ ਫਿੱਟ ਹੋ ਚੁੱਕੀ ਆ, ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਪਲੇਸਮੈਂਟ ਆਈ ਆ, ਅਤੇ ਤੁਹਾਨੂੰ ਦਿਖਾਉਂਦੇ ਹਾਂ ਇਹਦੇ ਮੋਬਾਈਲ 'ਚ ਕੀ ਫੰਕਸ਼ਨ ਨੇ, ਦਿਖਾ ਬਈ ਦਵਿੰਦਰ। ਆ ਤਾਂ ਆ ਗਈ ਇਹਦੀ ਸਪੀਡ ਕਿੰਨੀ ਛੇਤੀ ਚੱਲੇ, ਠੀਕ ਆ ਜੀ, ਜਿਵੇਂ 60 ਐਪ ਦੇ ਥਰੂ ਆ ਜੀ, ਜਿੰਨੇ ਆਪਾਂ ਨੰਬਰ ਵਧਾਵਾਂਗੇ ਉੱਨੀ ਸਲੋ ਹੋਊਗੀ ਇਹ ਸਪੀਡ, ਦੇਖੋ ਜੀ ਦੇਖੋ ਜੀ ਕਿੰਨੀ ਸਲੋ ਹੋਊਗੀ, ਜੇ ਹੁਣ ਫਾਸਟ ਕਰਨੀ ਹੈ ਜੀ ਉਹ ਦੇਖੋ ਜੀ ਕਿੰਨੀ ਫਾਸਟ ਆ ਰਹੀ, 1 ਮਿੰਟ ਦੇਖੋ ਜੀ ਜਿਵੇਂ ਇੰਨੀ ਕਰਨੀ ਹੈ, ਯਾਨੀ ਕਿ ਉਹ ਸਪੀਡ 50-60 ਦੀ ਸਪੀਡ ਸਾਰਿਆਂ ਨਾਲੋਂ ਵਧੀਆ ਜੀ, 25 ਕਰ ਦਿਓ ਜੀ, ਠੀਕ ਹੈ ਜੀ। ਇਹਦੀ ਬਾਰਡਰ ਚਲਾ ਕੇ ਦਿਖਾ ਦਵਿੰਦਰ, ਆ ਗਿਆ ਜੀ ਬਾਰਡਰ ਦੀ ਆਪਸ਼ਨ, ਉੱਪਰ ਆ ਰਿਹਾ ਕਿਵੇਂ ਦਾ ਲਾਉਣਾ, ਕਿਵੇਂ ਦਾ ਬਾਰਡਰ ਲਾਉਣਾ, ਇਹਦੇ 'ਚ ਮੋਬਾਈਲ 'ਚ ਆ ਰਿਹਾ ਉਹ ਦੇਖੋ, ਜਿਵੇਂ ਹੁਣ ਇੱਧਰ ਨੂੰ ਹੋ ਗਿਆ, ਠੀਕ ਹੈ ਜੀ, ਆਹ ਮੋਟਾ ਹੋ ਗਿਆ, ਆਹ ਦੇਖੋ ਲਾ ਕੇ ਦੇਖੋ ਦੇਖੋ ਬਾਰਡਰ, ਉਹ ਦੇਖੋ ਜੀ ਨਾਲ ਆਪਾਂ ਬਾਰਡਰ ਵੀ ਚਲਾ ਸਕਦੇ ਹਾਂ ਇਹਦੇ, ਇਹ ਬਾਰਡਰ ਦੀਆਂ ਵੀ ਬਹੁਤ ਆਪਸ਼ਨਾਂ ਨੇ, ਬਹੁਤ ਤਰ੍ਹਾਂ ਦਾ ਜੀ ਇਹ ਬਾਰਡਰ, ਅੱਖਰ ਛੋਟਾ ਵੱਡਾ ਪੰਜਾਬੀ ਉਰਦੂ ਇੰਗਲਿਸ਼ ਜਿਹੜਾ ਕੁਛ ਮਰਜ਼ੀ ਲਿਖ ਲਓ, ਇਹ 'ਚ ਕੋਈ ਚੱਕਰ ਨਹੀਂ ਹੈਗਾ ਜੀ, ਆਪਾਂ ਇਹਨੂੰ ਡਿਜ਼ਾਇਨ ਨੂੰ ਹੇਠੋਂ ਉੱਪਰ ਨੂੰ ਚਲਾਉਣਾ, ਸਾਈਡ ਨੂੰ ਚਲਾਉਣਾ, ਹਾਂਜੀ ਉਹ ਵੀ ਆ, ਉਹ ਵੀ ਦਿਖਾ ਦਵਿੰਦਰ, ਆ ਗਿਆ ਹੈ ਨਾ,
ਆ ਦੇਖੋ ਜਿਵੇਂ ਆ ਸਕਰੀਨ 'ਚ ਸ਼ੋ ਹੋਊਗਾ ਆਪਾਂ ਉਧਰੋਂ ਵੀ ਸੈਂਡ ਕਰ ਸਕਦੇ ਹਾਂ ਜਿਵੇਂ ਮੋਬਾਈਲ 'ਚ ਦਿਖੀ ਜਾਊਗਾ ਦੇਖੋ ਹੁਣ ਉਧਰ ਸਾਈਡ ਤੋਂ ਚੱਲ ਰਿਹਾ ਸੀ ਤੇ ਹੁਣ ਸਿੱਧਾ ਦੂਜੇ ਰੋਡ ਤੇ ਚੱਲੂਗਾ ਇਹ ਠੀਕ ਹੈ ਜੀ ਇਹ ਇਹਨੂੰ ਹੈਡ ਉੱਪਰ ਨੂੰ ਚਲਾਓ ਦਵਿੰਦਰ ਅਪ ਡਾਊਨ ਉਹ ਦੇਖੋ ਇਹ ਹੇਠ ਉੱਪਰ ਨੂੰ ਵੀ ਚੱਲ ਰਿਹਾ ਹੈ ਹੋਰ ਬਹੁਤ ਨੇ ਜੀ ਇਹਦੇ 'ਚ ਆਪਸ਼ਨਾਂ ਜਿੰਨਾ ਅੱਡੇ ਅੱਡੇ ਫੌਂਟ ਕਰਨੇ ਨੇ ਥੋੜ੍ਹੇ ਜਿਹੇ ਇਹ ਮਲਟੀ ਕਲਰ ਆਈ ਆ ਆਪਣੀ ਇਹ ਥੱਲੇ ਉਹ ਲੱਗ ਗਈ ਥੱਲੇ ਅੰਡਰਲਾਈਨ ਵੀ ਲੱਗ ਜਾਂਦੀ ਹੈ ਦੇਖੋ ਹੁਣ ਟੇਡੇ ਹੋ ਗਏ ਥੋੜ੍ਹੇ ਜਿਹੇ ਫੌਂਟ ਹੀ ਯਾਰ ਕਿ ਬਹੁਤ ਫੰਕਸ਼ਨ ਨੇ ਜਦੋਂ ਤੁਸੀਂ ਐਪ ਇੰਸਟਾਲ ਕਰਨਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਬਹੁਤ ਤਰ੍ਹਾਂ ਦੇ ਆਪਸ਼ਨ ਨੇ ਕੁਝ ਵੀ ਕਰ ਸਕਦੇ ਆ ਆਪਾਂ ਚਲੋ ਠੀਕ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਬਣਾਉਣ 'ਤੇ ਬਹੁਤ ਮਿਹਨਤ ਆਉਂਦੀ ਆ ਥੈਂਕ ਯੂ Thank you.